ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮੇਰੇ ਹਸਬੈਂਡ ਦੀ ਮੇਰਾ ਡਿਵੋਰਸ ਨਹੀਂ ਹੋਇਆ ਤੇ ਮੇਰਾ ਹਸਬੈਂਡ ਦੂਸਰੀ ਮੈਰਿਜ ਕਰਾਉਣ ਆ ਰਿਹਾ ਸੀ ਤੇ ਮੈਨੂੰ ਸਵੇਰੇ ਪਤਾ ਲੱਗਾ ਕਿ ਉਹ ਮੈਰਿਜ ਕਰਾਉਣ ਆ ਰਿਹਾ। ਗੁਰਦੁਆਰੇ ਵਿੱਚ ਫੇਰੀ ਚੱਲ ਰਹੇ ਸੀ, ਮੈਂ ਪੁਲਿਸ ਨੂੰ ਕੰਪਲੇਂਟ ਕੀਤੀ ਆ ਤੇ ਹੁਣ ਉੱਥੇ ਜਾ ਕੇ ਅਸੀਂ ਇਹਨਾਂ ਦੇ ਪਾਪਾ ਨੂੰ ਮਤਲਬ ਅਰੈਸਟ ਕੀਤਾ ਤੇ ਉਹਨਾਂ ਨੂੰ ਥਾਣੇ ਵਿੱਚ ਲੈ ਕੇ ਆਏ ਆ। ਕੀ ਕਹਿਣਾ ਚਾਹੋਗੇ ਇਹਨਾਂ ਦੇ ਬੰਦਿਆਂ ਬਾਰੇ? ਜੇ ਮੰਨ ਲਓ ਉਹਨਾਂ ਦਾ ਕਹਿਣਾ ਵੀ ਸਾਡਾ ਤਲਾਕ ਹੋ ਗਿਆ ਹੈ। ਹਾਂਜੀ ਸਰ, ਉਹ ਕਹਿ ਰਹੇ ਆ ਮੇਰਾ ਤਲਾਕ ਹੋ ਗਿਆ, ਬਟ ਜੇ ਤਲਾਕ ਹੋ ਗਿਆ ਤਾਂ ਮੈਨੂੰ ਪੇਪਰ ਦਿਖਾ ਦੇਣ। ਜੇ ਤੁਹਾਡੀ ਗੱਲ ਸਹੀ ਹੈ ਵੀ ਉਹਨਾਂ ਤੁਹਾਡਾ ਤਲਾਕ ਨਹੀਂ ਹੋਇਆ, ਧੋਖੇ ਨਾਲ ਵਿਆਹ ਕਰਦੇ ਪਏ ਸੀ, ਤਾਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਦਾਂ ਦੇ? ਸਰ ਮੈਂ ਚਾਹੁੰਦੀ ਹਾਂ ਕਿ ਇਦਾਂ ਦੇ ਬੰਦਿਆਂ ਖਿਲਾਫ਼ ਐਕਸ਼ਨ ਹੋਵੇ, ਚਾਹੀਦਾ ਹੈ ਕਿ ਇਹਨਾਂ ਦੇ ਇਹ ਦੇਸ਼ ਚਲੇ ਜਾਂਦੇ ਆ ਕੁੱਟਮਾਰ ਕਰਕੇ ਲੜਕੀਆਂ ਨੂੰ, ਚਲੇ ਜਾਂਦੇ ਆ ਬਾਅਦ ਵਿੱਚ ਵਾਪਸ ਨਹੀਂ ਆਉਂਦੇ। ਸਰ ਇਹਨੇ ਵੀ ਮੈਨੂੰ ਇੱਦਾਂ ਹੀ ਕੀਤਾ, ਬਾਅਦ ਵਿੱਚ ਲੜਕੀਆਂ ਦੀ ਇੱਥੇ ਜ਼ਿੰਦਗੀ ਬਰਬਾਦ ਹੋ ਜਾਂਦੀ ਆ, ਇਹਨਾਂ ਨੇ ਮੈਨੂੰ ਵੀ ਇੱਦਾਂ ਹੀ ਕੀਤਾ ਹੈ ਅਤੇ ਇਹ ਲੜਕੀ ਦੀ ਜ਼ਿੰਦਗੀ ਵੀ ਬਰਬਾਦ ਕਰਨ ਲੱਗੇ ਸੀ। ਮੈਂ ਨਹੀਂ ਚਾਹੁੰਦੀ ਕਿ ਕਿਸੇ ਹੋਰ ਲੜਕੀ ਦੀ ਜ਼ਿੰਦਗੀ ਬਰਬਾਦ ਹੋਵੇ ਅਤੇ ਇਹਨਾਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ, ਇਹਨਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾਵੇ। ਨਾਮ ਸ਼ੀਲਾ ਦੇਵੀ ਆ। ਮਾਮਲਾ ਸਾਡਾ ਗੁੱਡੀ ਦਾ ਆ, ਕਿਉਂਕਿ ਇਹ ਜਿਹੜਾ ਮੁੰਡਾ ਆ ਇਹ ਵਿਆਹ ਕਰਾ ਲੈਂਦਾ ਆ, ਵਿਦੇਸ਼ ਚਲ ਜਾਂਦਾ ਆ, ਵਿਦੇਸ਼ 'ਚ ਜਾ ਕੇ ਕੁੜੀਆਂ ਨੂੰ ਇੱਥੇ ਕੁੱਟਮਾਰ ਕਰਕੇ ਵਿਦੇਸ਼ ਚਲ ਜਾਂਦਾ ਆ, ਮੁੜ ਕੇ ਆ ਕੇ ਫਿਰ ਤਲਾਕ ਦਾ ਕੰਮ ਕਰ ਲੈਂਦਾ ਆ। ਕਹਿੰਦੇ ਸਾਡੇ ਕੋਲ ਪੈਸਾ ਬਥੇਰਾ, ਅਸੀਂ ਇੱਦਾਂ ਕਰ ਲਵਾਂਗੇ, ਹੋਰ ਕੁੜੀਆਂ ਲਾ ਕੇ ਵਿਆਹ ਕਰਾ ਲੈਂਦਾ ਆ। ਹੁਣ ਤੀਜਾ ਵਿਆਹ ਆ ਇਹਦਾ, ਹੁਣ ਜਿਹੜਾ ਵਿਆਹ ਕਰਾਉਣ ਲੱਗਾ ਆ ਉਹ ਕੁੜੀ ਗਰੀਬ ਘਰ ਦੇ ਬੰਦੇ ਆ, ਉਹਨਾਂ ਨੂੰ ਵੀ ਧੋਖਾ ਦੇ ਰਿਹਾ ਇਹ, ਇਹਨੂੰ ਸਖ਼ਤ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਇਸ ਤਰ੍ਹਾਂ ਮੇਰੇ ਕੋਲ ਇੱਕ ਸੁਖਵਿੰਦਰ ਕੌਰ ਲੜਕੀ ਦੀ ਕੰਪਲੇਂਟ ਆਈ ਸੀ, ਜਿਹਨੇ ਕੰਪਲੇਂਟ ਕੀਤੀ ਕਿ ਪਲਵਿੰਦਰ ਸਿੰਘ ਜਿਹੜਾ ਉਹਦਾ ਹਸਬੈਂਡ ਹੈ, ਕੋਰਟ ਦੇ ਵਿੱਚ ਇਹਨਾਂ ਦੀ ਡਿਵੋਰਸ ਦੀ ਜਿਹੜੀ ਹੈ ਐਪਲੀਕੇਸ਼ਨ ਚੱਲਦੀ ਪਈ ਹੈ, ਹਜੇ ਕੋਰਟ ਤੋਂ ਡਿਵੋਰਸ ਨਹੀਂ ਹੋਇਆ ਕਲੀਅਰ। ਤਾਂ ਇਸੇ ਦੌਰਾਨ ਪਲਵਿੰਦਰ ਸਿੰਘ ਨੇ ਇੱਥੇ ਬੱਸੀ ਕਲਾਂ ਦੂਜੀ ਮੈਰਿਜ ਜਿਹੜੀ ਸ਼ਾਦੀ ਕਰ ਰਿਹਾ, ਜੋ ਮੌਕੇ ਦੇ ਸਪੋਟ 'ਤੇ ਪਹੁੰਚੇ ਅਸੀਂ, ਦੋਨੋਂ ਪਾਰਟੀਆਂ ਇੱਥੇ ਸਾਡੇ ਕੋਲ ਬੈਠੀਆਂ ਵਾ, ਇਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਕੇਸ ਦੀ ਅਤੇ ਦੋਨਾਂ ਧਿਰਾਂ ਦੀ ਗੱਲ ਚੱਲ ਰਹੀ ਹੈ। ਇਸ ਤੋਂ ਬਾਅਦ ਜੋ ਵੀ ਫਾਈਨਲ ਹੋਏਗਾ ਮੈਂ ਤੁਹਾਨੂੰ ਦੱਸਦਾ। ਪਲਵਿੰਦਰ ਸਿੰਘ ਦੀ ਦੂਸਰੀ ਮੈਰਿਜ ਆ, ਤੀਸਰੀ ਮੈਰਿਜ ਹੈ ਜੀ ਉਹਦੀ, ਪਲਵਿੰਦਰ ਸਿੰਘ ਤੀਸਰੀ ਮੈਰਿਜ ਕਰਵਾ ਰਿਹਾ ਸੀ। ਕੀ ਕਿਵੇਂ ਵਿਆਹ ਕਰਦੇ, ਕੀ ਕਰਦੇ ਹੋ ਤੁਸੀਂ? ਮੈਂ ਤਾਂ ਲੇਬਰ ਪਾਰਟੀ ਦਾ ਹੀ, ਪਿੰਡ ਦੇ ਸਹਿਯੋਗ, ਸਾਰੇ ਰਿਸ਼ਤੇਦਾਰਾਂ ਦੇ ਸਹਿਯੋਗ ਦੇ ਨਾਲ ਸਾਰੇ ਨੇ ਪੈਸਾ ਦਿੱਤਾ ਤਾਂ ਬੜਾ ਮੁੱਦਾ। ਪਰ ਹੁਣ ਤਾਂ ਵਿਆਹ ਦੇ ਵਿੱਚ ਵਿਘਨ ਪੈ ਗਿਆ, ਜਿਹੜੀ ਪਹਿਲੀ ਲੇਡੀ ਸੀਗੀ ਉਹ ਕਹਿੰਦੀ ਮੇਰੇ ਨਾਲ ਤਲਾਕ ਨਹੀਂ ਹੋਇਆ ਤਾਂ ਵਿਆਹ ਕਰਦਾ। ਹੁਣ ਕੀ ਸੁਣੀ ਇਹ ਜਗ੍ਹਾ ਦੇ ਵਿੱਚ ਤਲਾਕ ਹੋਇਆ 4 ਲੱਖ? ਹਾਂਜੀ ਹਾਂਜੀ, 4 ਲੱਖ ਰੁਪਈਆ ਲੜਕੀ ਨੇ ਲਿਆ। ਜੇ ਇਹ ਧੋਖਾ ਹੋਇਆ ਤੁਹਾਡੇ ਨਾਲ ਤਾਂ ਕੀ ਮੰਗ ਕਰਦੇ ਹੋ? ਜੇ ਮੁੰਡੇ ਪਰਿਵਾਰ ਵੱਲੋਂ ਇਹ ਧੋਖੇ ਨਾਲ ਵਿਆਹ ਕੀਤਾ ਜਾ ਰਿਹਾ ਹੋਵੇ ਤਾਂ ਫਿਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ? Subscribe our channel for more updates. You can follow us Twitter and Facebook.